ਨਮਸਕਾਰ ਦੋਸਤੋ ਤੇ ਅੱਜ ਮੈਂ ਤੁਹਾਨੂੰ ਦੱਸਣ ਦਾ ਕਿ ਸ਼ਹਿਦ ਦੀ ਅਸਲੀ ਮੁੰਦੀ ਪਰਖ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ਕਦੇ ਵੀ ਸ਼ਹਿਦ ਨੂੰ ਖਰੀਦੋ ਉਸ ਨੂੰ ਕੱਪੜੇ ਉੱਪਰ ਉਸ ਦੀ 2-3 ਬੂੰਦਾ ਸਟੋ ਅਤੇ ਉਸ ਨੂੰ ਕੱਪੜੇ ਨੂੰ ਜੇ ਸਾਫ਼ ਕਰਕੇ ਦੇਖੋ ਜੇ ਤਾਂ ਉਹ ਸ਼ਹਿਦ ਦੀ ਗੂਸੇ ਬਾਲ ਦੀ ਤਰ੍ਹਾਂ ਹੀਠਾ ਨੂੰ ਆ ਜਾਵੇ ਤਾਂ ਅਸਲੀ ਹੈ ਪਰ ਜੇਕਰ ਉਹ ਕੱਪੜੇ ਨੂੰ ਚਿਪਕ ਜਾਵੇ ਤਾਂ ਉਹ ਨਕਲੀ ਹੈ ਇਸ ਦਾ ਇਸ ਦਾ ਦੁੱਧ ਜੈਟਲਿਸਕਾਫ ਨੂੰ ਟੇਨਬੂਨ ਦਾ ਸ਼ਹਿਦ ਵੀ ਨਾ ਲਾਓ ਅਤੇ ਉਸ ਨੂੰ ਗਾਵੇ ਜਦਦੇ ਨੂੰ ਉੱਤੇ ਪਾ ਲਗੂ ਅਤੇ ਉਸ ਨੂੰ ਆਗਲਗਾ ਦੇਓ ਜੇਕਰ ਉਹ ਅਰਬ ਨਾਲ ਉੱਪਰ ਪਿਆ ਸ਼ਹਿਦ ਫਸਾਰ ਜਾਵੇ ਅਤੇ ਨੋਟ ਨੂੰ ਨਹੀਂ ਸਾੜਨ ਦੇਵੇ ਤਾਂ ਉਹ ਅਸਲੀ ਹੈ ਪਰ ਜੇਕਰ ਉਹ ਆਗਨ ਨਾਲ ਸਾੜ ਜਾਂ ਨੋਟ ਸਾੜ ਜਾਂਦਾ ਹੈ ਤਾਂ ਯਕੀਨ ਮੰਨੋ ਕਿ ਸ਼ਹਿਦ ਨਕਲੀ ਹੈ ਜੇਕਰ ਇਹ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਐਂਡ ਸਬਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਆਪਣੇ ਰਿਸ਼ਤੇਦਾਰਾਂ ਤੇ ਆਪਣੇ ਮਿੱਤਰਾਂ ਤੱਕ ਪਹੁੰਚਾਓ ਜਿਸ ਨਾਲ ਉਹ ਤੋਂ ਖਾਤੜੀ ਤੋਂ ਬਾਤ ਸਕਣ। ਧੰਨਵਾਦ ਸਮਾਂ ਦੇਣ ਲਈ। ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ